ਅੱਜ ਅਸੀਂ 15 ਮਾਰਚ ਦੇ ਦਿਨ ਸਿੱਖ ਤਵਾਰੀਖ 'ਚ ਹੋਈਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ ਸਾਡੇ ਕੋਲ 1701 ਦੀ ਹੈ। 1701 ਦੀ 15 ਮਾਰਚ ਨੂੰ ਇੱਕ ਦਿਨ ਪਹਿਲਾਂ ਜਿਹੜੇ ਦੜਪ ਦੀ ਸੰਗਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਈ ਸੀ ਅਤੇ ਰਸਤੇ ਵਿੱਚ ਜਿਹੜਾ ਬਜਰੌੜ ਪਿੰਡ ਹੈ, ਬਜਰੌੜ ਪਿੰਡ ਜਿੱਥੇ ਆ ਰਿਹਾ ਪਹਿਲਾਂ ਗੁਰਦੁਆਰਿਆਂ ਦੇ ਨੇੜੇ ਬਿਲਕੁਲ, ਔਰ ਬਜਰੌੜ ਪਿੰਡ ਦੇ ਜਿਹੜੇ ਰੰਗੜ ਸਨ ਅਤੇ ਗੁੱਜਰ ਸਨ, ਇਹਨਾਂ ਨੇ ਉਹਨਾਂ ਸੰਗਤ ਨੂੰ ਲੁੱਟ ਲਿਆ। ਅਤੇ ਜਦੋਂ ਉੱਥੇ ਅਨੰਦਪੁਰ ਸਾਹਿਬ ਪਹੁੰਚੇ ਆ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਹਾਲਤ ਦੱਸੀ, ਉਹਨਾਂ ਕਿਹਾ ਵੀ ਤੁਸੀਂ ਕਿਰਪਾਨਾਂ ਕਿਉਂ ਨਹੀਂ ਰੱਖੀਆਂ ਆਪਣੇ ਕੋਲ, ਕਿਰਪਾਨਾਂ ਹਮੇਸ਼ਾ ਰੱਖਿਆ ਕਰੋ। ਉਸ ਤੋਂ ਬਾਅਦ ਉਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਦੀ ਅਗਵਾਈ 'ਚ 100 ਸਿੰਘ ਭੇਜ ਦਿੱਤੇ ਜਿਹੜੇ ਅਨੰਦਪੁਰ ਸਾਹਿਬ ਤੋਂ ਬਜਰੌੜ ਗਏ, ਬਜਰੌੜ ਜਾ ਕੇ ਅਤੇ ਜਿਨ੍ਹਾਂ ਨੇ ਲੁੱਟਿਆ ਸੀ ਉਹਨਾਂ ਨੂੰ ਬਾਹਰ ਕੱਢ ਕੇ ਸਜ਼ਾ ਦਿੱਤੀ। ਚਿੱਤੂ ਅਤੇ ਮਿੱਤੂ ਜਿਹੜਾ ਉਹਨਾਂ ਨੇ ਮੁਕਾਬਲਾ ਕੀਤਾ, ਪਿੰਡ ਦੇ ਦੋ ਚੌਧਰੀ ਸਨ ਔਰ ਦੋਵਾਂ ਲੜਾਈ 'ਚ ਉਹ ਮਾਰੇ ਗਏ। ਤੋ ਉਸ ਇਲਾਕੇ 'ਚ ਇਹ ਕਾਫੀ ਦੇਰ ਤੱਕ ਜਿਹੜਾ ਟੱਪਾ ਮਸ਼ਹੂਰ ਰਿਹਾ, ਮਾਏ ਨਹੀਂ ਮਾਏ ਚਿੱਤੂ ਮਿੱਤੂ ਕਾਹਨੂੰ ਜਾਏ, ਤੇਰੇ ਸਿੰਘ ਜਮਾਈ ਆਏ ਉਹਨਾਂ ਕੋਠੇ ਬਠਲੇ ਟਾਏ। ਇਹ ਗੱਲ ਅੱਜ ਵੀ ਜਿਹੜੀ ਹੈ ਬਜਰੌੜ ਦੇ ਲੋਕਾਂ 'ਚ ਮਸ਼ਹੂਰ ਹੈ, ਕਿਉਂਕਿ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਨੇ ਆ ਕੇ ਚਿੱਤੂ ਅਤੇ ਮਿੱਤੂ ਨੂੰ ਸਜ਼ਾ ਦੇ ਕੇ ਅਤੇ ਦਲਪ ਦੇ ਲੋਕਾਂ ਕੋਲੋਂ ਜੋ ਕੁਛ ਉਹਨਾਂ ਲੁੱਟਿਆ ਸੀਗਾ ਉਹ ਵਾਪਸ ਲਿਆ ਸੀ। ਫਿਰ ਸਾਡੇ ਕੋਲ 1923 ਦੀ ਘਟਨਾ ਹੈ। 15 ਮਾਰਚ 1923 ਦੇ ਦਿਨ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਆ ਇਹ ਦਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਹੈ। ਅਸੀਂ ਜਾਣਦੇ ਹਾਂ ਕਿ 12 ਅਕਤੂਬਰ ਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆ ਗਿਆ ਸੀ, 15-16 ਨਵੰਬਰ ਨੂੰ ਸ਼੍ਰੋਮਣੀ ਕਮੇਟੀ 1920 ਬਣ ਚੁੱਕੀ ਸੀ ਅਤੇ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਗੁਰਦੁਆਰੇ ਆਉਂਦੇ ਗਏ। ਤੋ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਜਿਹੜੇ ਨੇ ਉਹ ਜਥੇਦਾਰ ਮੂਲਦਾਸ ਸਿੰਘ ਦੀ ਅਗਵਾਈ ਵਿੱਚ ਜਿਹੜਾ ਜਥਾ ਗਿਆ ਔਰ ਉਹਨਾਂ ਨੇ ਜਾ ਕੇ ਇਹਨਾਂ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕਰ ਲਿਆ। ਇਹ ਘਟਨਾ 15 ਮਾਰਚ 1923 ਦੀ ਹੈ। ਫਿਰ 1959 ਦੀ ਗੱਲ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਵੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਆ ਚੁੱਕੀ ਸੀ ਅਤੇ ਕੈਰੋਂ ਜਿਹੜਾ ਗੁਰਦੁਆਰੇ 'ਚ ਦਖਲ ਦਿੰਦਾ ਸੀਗਾ ਔਰ ਆਪਣੇ ਤਰੀਕੇ ਨਾਲ ਆਪਣੇ ਬੰਦਿਆਂ ਨੂੰ ਵਿੱਚ ਸ਼ਾਮਿਲ ਕਰਕੇ ਅਤੇ ਉਹਨਾਂ ਦੇ ਉੱਤੇ ਕਬਜ਼ੇ ਕਰਦਾ ਸੀ ਔਰ ਜਾਂ ਜਿਹੜੇ ਕਬਜ਼ੇ ਜਿਹੜੇ ਉਹਨਾਂ ਦੇ ਅਹੁਦੇਦਾਰ ਹੁੰਦੇ ਸੀ ਉਹਨਾਂ ਨੂੰ ਉਹ ਖਰੀਦ ਲੈਂਦਾ ਸੀਗਾ, ਪੈਸੇ ਦੇ ਕੇ, ਲਾਲਚ ਦੇ ਕੇ, ਅਹੁਦੇ ਦੇ ਕੇ, ਨੌਕਰੀਆਂ ਦੇ ਕੇ। ਅਤੇ ਉਹਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਵੀ ਧਾਰਮਿਕ ਮਾਮਲੇ 'ਚ ਦਖਲ ਦੇਣ ਦੇ ਖਿਲਾਫ਼ ਜਿਹੜਾ ਇੱਕ ਜਲੂਸ ਕੱਢਿਆ ਜਾਏ। ਇਸ ਜਲੂਸ ਨੂੰ ਚੁੱਪ ਜਲੂਸ ਦਾ ਨਾਂ ਦਿੱਤਾ, ਯਾਨੀ ਚੁੱਪ ਜਲੂਸ ਦਾ ਮਤਲਬ ਨਾ ਕੋਈ ਜੈਕਾਰਾ ਛੱਡਿਆ ਜਾਏਗਾ, ਨਾ ਕੋਈ ਨਾਰਾ ਲਾਇਆ ਜਾਏਗਾ, ਸਿਰਫ ਕਾਲੀਆਂ ਕਾਲੇ ਬਿੰਨੀਆਂ ਵੇਲੇ ਲਾ ਕੇ ਜਿਹੜਾ ਉਹ ਜਲੂਸ ਕੱਢਿਆ ਜਾਏਗਾ। ਤੋ ਜਿਸ ਦਿਨ ਜਲੂਸ ਨਿਕਲਣਾ ਸੀਗਾ ਉਸ ਦਿਨ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰ ਕਰਕੇ ਧਰਮਸ਼ਾਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਤੋ ਉਸ ਦੀ ਗ੍ਰਿਫਤਾਰੀ ਦੇ ਖਿਲਾਫ਼ ਵੀ ਜਿਹੜੇ ਸਾਰੇ ਪਾਸੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪਟਿਆਲਾ ਦੇ ਦੁਕਾਨਦਾਰਾਂ ਨੇ, ਸਿੱਖ ਦੁਕਾਨਦਾਰਾਂ ਨੇ ਹੜਤਾਲ ਵੀ ਕੀਤੀ। ਤੋ ਇਸ ਤੋਂ ਬਾਅਦ ਸਾਡੇ ਕੋਲ 15 ਮਾਰਚ 1960 ਦੀ ਘਟਨਾ ਹੈ। 15 ਮਾਰਚ 1960 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ MLAs ਨੂੰ ਕਾਂਗਰਸ ਪਾਰਟੀ 'ਚ ਨਿਕਲਣ ਨੂੰ ਕਿਹਾ। ਹੁਣ ਤੁਸੀਂ ਕਹੋ ਵੀ ਕਾਂਗਰਸ ਪਾਰਟੀ 'ਚ ਅਕਾਲੀ MLA ਬੈਠੇ ਸੀ, ਇਹ ਕੀ ਕਾਰਨ ਹੈ? 1957 ਵਿੱਚ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ 'ਚ ਚੋਣਾਂ ਇਕੱਠੀਆਂ ਲੜੀਆਂ ਸੀਗੀਆਂ ਔਰ ਸਾਰੇ ਕਾਂਗਰਸ ਦੀ ਟਿਕਟ 'ਤੇ ਲੜੇ ਸਨ। ਉਦੋਂ ਜਿਹੜਾ ਅਕਾਲੀ ਦਲ ਨੇ ਆਪਣੇ ਚੋਣ ਨਿਸ਼ਾਨ 'ਤੇ ਚੋਣ ਨਹੀਂ ਸੀ ਲੜੀ, ਪਰ ਜਿਹੜੇ ਜਿੱਤੇ ਸਨ ਉਹਨਾਂ ਨੂੰ ਅਕਾਲੀ ਦਲ ਨੇ ਜਿਹੜੇ ਤਕਰੀਬਨ 19 ਅਕਾਲੀ ਸਨ ਜਿਹੜੇ ਕਿ ਕਾਂਗਰਸ ਦੀ ਟਿਕਟ 'ਤੇ ਜਿੱਤੇ ਸਨ, ਸਾਂਝੇ ਇਲੈਕਸ਼ਨ ਲੜੇ ਸਨ। ਤੋ ਅਕਾਲੀ ਦਲ ਨੇ 15 ਮਾਰਚ ਇਹਨਾਂ ਨੂੰ 1960 ਦੇ ਦਿਨ ਉਹਨਾਂ ਨੂੰ ਕਾਂਗਰਸ 'ਚੋਂ ਨਿਕਲ ਕੇ ਅਤੇ ਆਪਣਾ ਵੱਖਰਾ ਗਰੁੱਪ ਬਣਾਉਣ ਵਾਸਤੇ ਕਿਹਾ। ਸਿਰਫ 5 ਜਣੇ ਜਿਹੜੇ ਆ ਉਹ ਇਹਨਾਂ ਵਿੱਚੋਂ 19 ਚੋਣ ਜਿਹੜੇ ਅਕਾਲੀ ਦਲ ਦੇ ਵਾਪਸ ਆਏ, ਬਾਕੀ 14 ਕਾਂਗਰਸ 'ਚ ਬੈਠੇ ਰਹੇ ਤਾਂ ਜੋ ਉਹਨਾਂ ਨੂੰ ਜਿਹੜਾ ਮਿਨਿਸਟਰੀਆਂ ਵਗੈਰਾ ਮਿਲੀਆਂ ਨੇ ਉਹਦਾ ਸੁੱਖ ਮਾਣਦੇ ਰਹਿਣ। ਜਿਹੜੇ ਆਏ ਸਨ ਉਹ ਸਨ ਆਤਮਾ ਸਿੰਘ ਸੁਲਤਾਨਪੁਰ, ਹਰਗੁਰਨਾਥ ਸਿੰਘ ਬੰਗਾ, ਊਧਮ ਸਿੰਘ ਭਾਰਤ ਸਿੰਘ ਪੁਰਾ ਫਿਲੌਰ, ਸਰੂਪ ਸਿੰਘ ਜਿਹੜਾ ਸਿੱਖ ਸ਼੍ਰੋਮਣੀ ਫੈਡਰੇਸ਼ਨ ਦਾ ਬਾਨੀ ਪ੍ਰਧਾਨ ਸੀਗਾ, ਅਤੇ ਮਾਸਟਰ ਪ੍ਰਤਾਪ ਸਿੰਘ, ਇਹ ਸਨ। ਉਂਝ ਬਾਅਦ 'ਚ ਥੋੜ੍ਹੀ ਦੇਰ ਬਾਅਦ ਧੰਨਾ ਸਿੰਘ ਗੁਰਸ਼ਨ,
ਯੁਵਰਾਜ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆ ਗਿਆ। ਸੁਤੰਤਰ ਭਾਰਤੀ ਐੱਮ ਐੱਲ ਏ ਜਿਹੜੀ ਕਵਨਾਂਜ ਜਗਦੀਸ਼ ਕੌਰ ਫਰੀਦਕੋਟ ਤੋਂ ਜਿੱਤੀ ਸੀ ਉਹ ਵੀ ਅਕਾਲੀ ਦਲ 'ਚ ਸ਼ਾਮਿਲ ਹੋ ਗਈ। 15 ਮਾਰਚ 1964 ਦੀ ਬੜੀ ਅਫਸੋਸਨਾਕ ਘਟਨਾ ਹੈ ਕਿ ਜਿਸ ਤਰ੍ਹਾਂ ਜਨਸੰਘ ਭਾਰਤੀ ਜਨਤਾ ਪਾਰਟੀ ਜਿਹੜੀ ਹੁਣ ਹੈ ਇਹਨਾਂ ਦੇ ਲੋਕ ਜਿਹੜੇ ਸਨ ਸਿੱਖ ਅਦਾਰਿਆਂ 'ਤੇ ਹਮਲੇ ਕਰ ਰਹੇ ਸਨ ਔਰ ਹੜਤਾਲਾਂ ਕਰਾ ਰਹੇ ਸਨ। ਇੱਕ ਵਾਰੀ ਇਹਨਾਂ ਨੇ 15 ਮਾਰਚ 1964 ਦੇ ਦਿਨ ਕਰਨਾਲ ਵਿੱਚ ਵੀ ਹੜਤਾਲ ਕਰਾਈ, ਪਾਣੀਪਤ ਵਿੱਚ ਵੀ ਹੜਤਾਲ ਕਰਾਈ ਅਤੇ ਪਾਣੀਪਤ ਦੇ ਵਿੱਚ ਇੱਕ ਘਟਨਾ ਹੋ ਗਈ। ਪਾਣੀਪਤ 'ਤੇ ਇੱਕ ਦੁਕਾਨ ਨੂੰ ਬੰਦ ਕਰਾ ਰਹੇ ਸਨ ਔਰ ਦੁਕਾਨ ਦੇ ਉਹਨਾਂ ਨੇ ਬੰਦ ਨਾ ਕੀਤੀ ਅਤੇ ਉਹਨਾਂ ਨੂੰ ਦੁਕਾਨ ਦੇ ਅੰਦਰ ਤਾੜ ਦਿੱਤਾ ਅਤੇ ਨਾਲ ਅੱਗ ਲਾ ਦਿੱਤੀ ਔਰ ਉਸ ਦੁਕਾਨ ਦੇ ਅੰਦਰ ਕਾਂਗਰਸ ਦਾ ਪ੍ਰਧਾਨ ਦੀਵਾਨ ਚੰਦ ਟੱਕਰ, ਕ੍ਰਾਂਤੀ ਕੁਮਾਰ ਜਿਹੜਾ ਸ਼ਹੀਦ ਭਗਤ ਸਿੰਘ ਦਾ ਸਾਥੀ ਸੀਗਾ ਅਤੇ ਇੱਕ ਹੋਰ ਆਦਮੀ ਜਿਹੜਾ ਦੁਕਾਨ ਦੇ ਅੰਦਰ ਡੱਕ ਕੇ ਸਾੜ ਦਿੱਤੇ ਗਏ ਔਰ ਇਹਦੇ ਨਾਲ ਸਾਰੇ ਪਾਸੇ ਬੜਾ ਰੌਲਾ ਪਿਆ ਕਿਉਂਕਿ ਭਗਤ ਸਿੰਘ ਦਾ ਸਾਥੀ ਅਤੇ ਕਾਂਗਰਸ ਦਾ ਪ੍ਰਧਾਨ ਜਿਹੜਾ ਸੀਗਾ ਅਤੇ ਕਾਂਗਰਸ ਦੀ ਸਰਕਾਰ ਸੀ ਔਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਇਹਨਾਂ ਨੂੰ ਲੰਬੇ ਹੱਥੀ ਲਾਂਗੇ। ਤੋ ਇਸ ਤੋਂ ਬਾਅਦ ਜਿਹੜਾ ਜਨਸੰਘ ਨੇ ਇਹ ਆਪਣੀ ਐਜੀਟੇਸ਼ਨ ਜਿਹੜੀ ਹੈ ਬੰਦ ਕਰਨ ਦਾ ਐਲਾਨ ਕਰ ਦਿੱਤਾ। ਫਿਰ ਸੜਕ 1986 ਦੀ ਘਟਨਾ ਹੈ ਕਿ ਪੰਜਾਬ ਵਿੱਚ ਖਾੜਕੂ ਦੌਰ ਸ਼ੁਰੂ ਹੋ ਚੁੱਕਾ ਸੀਗਾ ਔਰ ਖਾੜਕੂ ਜਿਹੜੇ ਨੇ ਉਹ ਪੁਰਸੀਆਂ ਨੂੰ ਅਤੇ ਉਹਨਾਂ ਦੇ ਮੁਖਬਰਾਂ ਨੂੰ ਮਾਰਦੇ ਸਨ ਅਤੇ ਇਸੇ ਤਰ੍ਹਾਂ ਜਿਹੜਾ ਜ਼ਿਆਦਤੀਆਂ ਕਰਦੇ ਸਨ ਉਹ ਮਾਰਦੇ ਸਨ। ਇਸ ਲੜਾਈ ਨੂੰ ਜਿਹੜਾ ਥਰਡ ਏਜੰਸੀ ਨੇ ਹਿੰਦੂ ਅਤੇ ਸਿੱਖਾਂ ਦੀ ਲੜਾਈ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਤੋ ਉਸ ਕੋਸ਼ਿਸ਼ ਵਿੱਚ ਬਟਾਲਾ ਅਤੇ ਕੁਛ ਹੋਰ ਥਾਵਾਂ 'ਤੇ ਜਿਹੜਾ ਹੁਸ਼ਿਆਰਪੁਰ ਬਟਾਲਾ ਖਾਸ ਸੈਂਟਰ ਸਨ ਜਿੱਥੇ ਸਿੱਖਾਂ ਦੇ ਅਦਾਰਿਆਂ 'ਤੇ ਫਿਰਕਾ ਪ੍ਰਸਤ ਹਿੰਦੂਆਂ ਨੇ ਹਮਲੇ ਕੀਤੇ ਔਰ ਉਹਦੇ 'ਚ 15 ਮਾਰਚ 1986 ਦੇ ਦਿਨ ਬਟਾਲੇ ਦੇ ਗੁਰਦੁਆਰੇ ਦੇ ਉੱਤੇ ਜਿਹੜਾ ਉਹਨਾਂ ਨੇ ਸੱਤ ਕਰਤਾਰੀਆ ਗੁਰਦੁਆਰੇ ਦੇ ਉੱਤੇ ਨੇ ਬੰਬ ਸੁੱਟੇ ਹਿੰਦੂਆਂ ਨੇ ਜਿਹਦੇ ਨਾਲ ਬੰਦੇ ਦੀ ਕਿਸੇ ਦੀ ਮੌਤ ਤਾਂ ਨਾ ਹੀ ਹੋਈ ਪਰ ਕਾਫੀ ਨੁਕਸਾਨ ਹੋਇਆ। 1988 ਦੀ ਘਟਨਾ 15 ਮਾਰਚ 1988 ਦੇ ਦਿਨ ਰਾਜ ਸਭਾ ਵਿੱਚ ਪੰਜਾਬ ਵਿੱਚ 3 ਸਾਲ ਵਾਸਤੇ ਐਮਰਜੈਂਸੀ ਲਾਉਣ ਦਾ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ। ਤੋ ਇਹਦੇ ਖਿਲਾਫ ਸਿਰਫ 54 ਵੋਟਾਂ ਪਈਆਂ, 157 ਰਾਜ ਸਭਾ ਮੈਂਬਰਾਂ ਨੇ ਇਹਦੀ ਹਿਮਾਇਤ ਕੀਤੀ ਅਤੇ ਇਹਦੇ ਨਾਲ ਜਿਹੜਾ ਅਕਸੀਅਤ ਨਾਲ ਪਾਸ ਹੋ ਗਿਆ। ਫਿਰ ਸਾਡੇ ਕੋਲ ਨਕਲੀ ਮੁਕਾਬਲੇ ਦੀ ਘਟਨਾਵਾਂ ਨੇ 15 ਮਾਰਚ 1988 ਦੇ ਦਿਨ ਪੁਲਿਸ ਨੇ ਤ੍ਰਿਲੋਚਨ ਸਿੰਘ ਅਤੇ ਉਸਦੇ ਭਰਾ ਅਵਤਾਰ ਸਿੰਘ, ਦੋਵੇਂ ਪੁੱਤਰ ਕੁੰਦਰ ਸਿੰਘ ਵਾਸੀ ਸ਼ਹੀਦ ਭਗਤ ਸ਼ਹੀਦ ਕਰਤਾਰ ਸਿੰਘ ਨਗਰ ਲੁਧਿਆਣਾ ਨੂੰ ਨਕਲੀ ਮੁਕਾਬਲੇ ਮਾਰ ਦਿੱਤਾ। 1991 ਦੀ ਘਟਨਾ 15 ਮਾਰਚ 1991 ਦੇ ਦਿਨ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਸੁਖਨਾ ਲੁਧਿਆਣਾ, ਕਮਲ ਨੈਣ ਸਿੰਘ ਉਰਫ ਰਾਜਵੀਰ ਸਿੰਘ ਵਾਸੀ ਕਸੇਲ ਅੰਮ੍ਰਿਤਸਰ, ਅਮਰੀਕ ਸਿੰਘ ਉਰਫ ਬੰਬ ਵਾਸੀ ਕਿਲ੍ਹਾ ਹੰਸ ਲੁਧਿਆਣਾ, ਸਤਵਿੰਦਰ ਸਿੰਘ ਵਾਸੀ ਕਿੱਟੀ ਕਟਾਰੀ ਲੁਧਿਆਣਾ, ਦਰਸ਼ਨ ਸਿੰਘ ਉਰਫ ਪੱਪੂ ਪੁੱਤਰ ਗੁਰਜੀਤ ਸਿੰਘ ਵਾਸੀ ਸੁਖਨਾ ਲੁਧਿਆਣਾ ਨੂੰ ਨਕਲੀ ਮੁਕਾਬਲਿਆਂ 'ਚ ਮਾਰ ਦਿੱਤਾ। ਫਿਰ 1992 ਦੀ ਘਟਨਾ ਹੈ ਕਿ ਗੁਰਮੀਤ ਸਿੰਘ ਅਤੇ ਕੁਲਬੀਰ ਸਿੰਘ ਜਿਹੜੇ ਆ ਉਹ ਨਕਲੀ ਮੁਕਾਬਲੇ ਜਿਹੜੇ ਆ ਮਾਰ ਦਿੱਤੇ ਗਏ ਔਰ ਗੁਰਮੀਤ ਸਿੰਘ ਜਿਹੜਾ ਲਖਵੀਰ ਸਿੰਘ ਦਾ ਪੁੱਤਰ ਸੀ ਜਲਾਲਾਬਾਦ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਾਲਾ ਉਸਦਾ ਰਹਿਣ ਵਾਲਾ ਸੀਗਾ ਅਤੇ ਕੁਲਬੀਰ ਸਿੰਘ ਮੇਜਰ ਸਿੰਘ ਦਾ ਪੁੱਤਰ ਸੀ ਸਿੰਬਲ ਮਾਜਰਾ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਇਸੇ ਦਿਨ ਇੱਕ ਖਾੜਕੂ ਰਾਜੂ ਸਿੰਘ ਜਿਹੜਾ ਉਹ ਪੁਲਿਸ ਦੇ ਹੱਥ ਆ ਗਿਆ ਅਤੇ ਉਸਨੇ ਪੁਲਿਸ ਦੇ ਤਸ਼ੱਦਦ ਸਹਿ ਕੇ ਅਤੇ ਮਾਰੇ ਜਾਣ ਦੀ ਬਜਾਏ ਨਕਲੀ ਮੁਕਾਬਲੇ 'ਚ ਮਾਰੇ ਜਾਣ ਦੀ ਬਜਾਏ ਉਹਦੇ ਕੋਲ ਪੋਟਾਸ਼ੀਅਮ ਸਾਇਨਾਈਡ ਦਾ ਕੈਪਸੂਲ ਸੀ ਜੋ ਉਸਨੇ ਖਾ ਕੇ ਆਪਣੀ ਜਾਨ ਦੇ ਦਿੱਤੀ। ਫਿਰ 1993 ਦੀ ਘਟਨਾ ਹੈ ਕਿ 15 ਮਾਰਚ 1993 ਦੇ ਦਿਨ ਪੁਲਿਸ ਨੇ ਬੁੱਧ ਸਿੰਘ ਪੁੱਤਰ ਕੰਡਲ ਸਿੰਘ ਉਰਫ ਕਾਨ ਸਿੰਘ ਵਾਸੀ ਜਗਜੀਤਪੁਰਾ ਸੰਗਰੂਰ ਅਤੇ ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਗਾਜਾ ਨੇੜੇ ਦੁਰੰਗਲਾ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਇਹਨਾਂ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ।
ਫਿਰ 2012 ਦੀ ਘਟਨਾ ਹੈ ਕਿ 2012 ਦੀ 15 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਧ ਸੈਣੀ ਜੀ ਦੇ ਉੱਤੇ ਬਹੁਤ ਸਾਰੇ ਸਿੱਖਾਂ ਦੇ ਕਤਲ ਦੇ ਇਲਜ਼ਾਮ ਸਨ ਔਰ ਫਿਰੌਤੀਆਂ ਵੀ ਉਸਨੇ ਲਈਆਂ ਸਨ, ਹੋਰ ਵੀ ਜ਼ੁਲਮ ਕੀਤੇ ਸੀ, ਉਸ ਨੂੰ ਬਾਦਲ ਨੇ ਪੰਜਾਬ ਦਾ DGP ਬਣਾ ਦਿੱਤਾ। ਹਾਲਾਂਕਿ ਇਹਦੇ ਖਿਲਾਫ਼ ਜਿਹੜਾ ਸਿਮਰਜੀਤ ਸਿੰਘ ਮਾਨ ਨੇ ਹਾਈਕੋਰਟ 'ਚ ਰਿਟ ਵੀ ਕੀਤੀ, ਪਰ ਉਸਦੀ ਰਿਟ ਜਿਹੜੀ ਕਾਮਯਾਬ ਨਾ ਹੋ ਸਕੀ। ਸੋ ਇਹ ਸਨ ਘਟਨਾਵਾਂ 15 ਮਾਰਚ ਦੀਆਂ ਜੋ ਸਿੱਖ ਤਾਰੀਖ ਨੇ ਰਿਕਾਰਡ ਕੀਤੀਆਂ। ਸ਼ੁਕਰੀਆ।